ਬੀਤੇ ਦਿਨੀ ਪੁਲਿਸ ਹਿਰਾਸਤ ਵਿੱਚ ਮਰੇ ਨੌਜਵਾਨ ਕਰਨ ਦਾ ਭਾਰੀ ਪੁਲਿਸ ਅਤੇ ਆਲਾ ਅਫਸਰਾਂ ਦੀ ਹਾਜ਼ਰੀ ਵਿੱਚ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ। ਪੁਲਿਸ ਕਿਸੇ ਅਣਸੁਖਾਵੀ ਘਟਨਾ ਨਾ ਹੋਵੇ ਇਸਦੇ ਚਲਦਿਆਂ ਮ੍ਰਿਤਕ ਨੌਜਵਾਨ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਸਵੇਰ ਤੋਂ ਹੀ ਪੂਰੇ ਇਲਾਕੇ ਵਿੱਚ ਭਾਰੀ ਪੁਲਿਸ ਫੋਰਸ ਦੇ ਨਾਲ ਨਾਲ ਪਾਣੀ ਦੀਆਂ ਗੱਡੀਆਂ ਅਤੇ ਐਂਬੂਲੈਂਸ ਤਾਇਨਾਤ ਕਰ ਦਿੱਤੀਆਂ ਗਈਆਂ ਸਨ। ਇੱਥੇ ਦੱਸ ਦਈਏ ਕਿ ਬੀਤੇ ਦਿਨੀ ਜਨਕਪੁਰੀ ਪੁਲਿਸ ਨੇ ਉਕਤ ਨੌਜਵਾਨ ਨੂੰ ਕਿਸੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ, ਪਰ ਸ਼ੱਕੀ ਹਾਲਾਤਾਂ ਵਿੱਚ ਨੌਜਵਾਨ ਦੀ ਹਵਾਲਾਤ ਵਿੱਚ ਹੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਤੇ ਧੱਕੇਸ਼ਾਹੀ ਦੇ ਆਰੋਪ ਲਗਾਏ ਗਏ ਕਿ ਪੁਲਿਸ ਨੇ ਉਹਨਾਂ ਨੂੰ ਹਨੇਰੇ ਵਿੱਚ ਰੱਖਿਆ ਅਤੇ ਜ਼ਬਰਨ ਦਬਾਅ ਬਣਾ ਕੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ। ਹਾਂਜੀ, ਕਹਿੰਦੇ ਮੁੰਡੇ ਨੇ ਚੋਰੀ ਕੀਤੀ ਹੈ, ਜੇ ਮੁੰਡੇ ਨੇ ਚੋਰੀ ਕੀਤੀ ਸੀ ਉਹਨੂੰ ਸਜ਼ਾ ਦੇ ਦਿੰਦੇ, ਥੋੜ੍ਹਾ ਸੀਗਾ ਉਹਨੂੰ ਮਾਰਨਾ ਹੀ ਹੈ ਜੀ। ਉਹਨਾਂ ਨੇ ਤਾਂ ਜਾਨ ਤੋਂ ਹੀ ਮਾਰ ਦਿੱਤਾ ਜੀ ਮੇਰਾ ਮੁੰਡਾ। 5 ਦਿਨ ਬਾਅਦ ਮੈਨੂੰ ਲਾਸ਼ ਦੇ ਤੀ ਉਹਨਾਂ ਨੇ, ਮੈਨੂੰ ਪਹਿਲਾਂ ਝੂਠੇ ਲਾਰੇ ਲਾਉਂਦਾ ਰਿਹਾ SHO, ਆਪਣੇ SHO ਤੇ ਇੰਚਾਰਜ ਸਾਹਿਬ, ਮੈਨੂੰ ਕਹਿੰਦੇ ਸਵੇਰੇ ਛੱਡ ਦਿੰਦੇ ਆ, ਸ਼ਾਮ ਨੂੰ ਛੱਡ ਦਿੰਦੇ ਆ, ਮੁੜ ਕੇ ਕਹਿੰਦੇ ਦੂਜੇ ਦਿਨ ਆ ਜੀ। 4 ਦਿਨ ਏਦਾਂ ਹੀ ਲਾਰੇ ਲਾਉਂਦੇ ਰਹੇ, ਕਹਿੰਦੇ ਲੈ ਪੁੱਤ ਹੁਣ ਤੇਰਾ ਪੁੱਤ ਕੱਲ ਨੂੰ ਆਜੂਗਾ, ਕੱਲ ਤੇਰਾ 11 ਵਜੇ ਪਹੁੰਚ ਜੂਗਾ, ਜਿੱਦਾਂ ਮਰਜ਼ੀ ਪਹੁੰਚਾਈਏ ਤੇਰਾ ਪੁੱਤ ਤੇਰੇ ਘਰੇ 11 ਵਜੇ ਆਜੂਗਾ। ਮੈਨੂੰ ਇਹ ਨਹੀਂ ਸੀ ਪਤਾ ਮੇਰਾ ਮੁੰਡਾ ਮੈਨੂੰ ਮਾਰ ਕੇ ਦੇਣਾ ਉਹਨਾਂ ਨੇ, ਉਹ ਕਹਿੰਦੇ ਤੇਰਾ ਪੁੱਤ ਤੈਨੂੰ ਜਾਮ ਮਿਲ ਜੂਗਾ। ਉਧਰ ADCP ਗੁਰਪ੍ਰੀਤ ਸਿਕੰਦ ਨੇ ਕਿਹਾ ਕਿ ਇਸ ਮਾਮਲੇ ਦੀ ਜੁਡੀਸ਼ੀਅਲ ਇਨਕੁਆਇਰੀ ਚੱਲ ਰਹੀ ਹੈ ਤੇ ਉਹ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿ ਸਕਦੇ। ਉਹਨਾਂ ਕਿਹਾ ਕਿ ਜੋ ਵੀ ਜੁਡੀਸ਼ੀਅਲ ਇਨਕੁਆਇਰੀ ਦੀ ਰਿਪੋਰਟ ਆਵੇਗੀ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਸੱਜੇ ਦੀ ਕੋਈ ਵੋਮਿਟ ਬਲੱਡ ਆ ਗਿਆ ਸੀਗਾ, ਉਹਦੇ ਕਰਕੇ ਫਿਰ ਉਹਨੂੰ ਹੌਸਪੀਟਲ ਲੈ ਕੇ ਗਏ ਸੀ, ਉੱਥੇ ਉਹ ਬੱਚੇ ਦੀ ਡੈਥ ਹੋ ਗਈ। ਉਹਦੇ ਵਾਸਤੇ ਜੁਡੀਸ਼ੀਅਲ ਇਨਕੁਆਇਰੀ ਚੱਲ ਰਹੀ ਹੈ। ਜੱਜ ਸਾਹਿਬ ਨੇ ਕੱਲ ਆ ਕੇ ਸਾਰੀ ਸਪੋਟ ਵਿਜ਼ਿਟ ਕੀਤਾ, ਵਿਟਨੈਸ ਦੇ ਬਿਆਨ ਵਗੈਰਾ ਸਾਰਾ ਕੁਝ ਕਰ ਲਿਆ, ਕਿਉਂਕਿ ਜੁਡੀਸ਼ੀਅਲ ਇਨਕੁਆਇਰੀ ਚੱਲ ਰਹੀ ਹੈ। ਇਸ ਕਰਕੇ ਹੁਣ ਮੈਂ ਇਦੋਂ ਜ਼ਿਆਦਾ ਤੁਹਾਨੂੰ ਹੋਰ ਕੁਛ ਨਹੀਂ ਕਹਿ ਸਕਦਾ, ਜੋ ਇਨਕੁਆਇਰੀ ਦੀ ਆਊਟਕਮ ਆਊਗੀ ਉਸ ਤਰ੍ਹਾਂ ਅਸੀਂ ਐਕਸ਼ਨ ਲਵਾਂਗੇ। ਅੱਛਾ, ਚਲੋ ਇਹ ਜਿੱਦਾਂ ਜੁਡੀਸ਼ੀਅਲ ਇਨਕੁਆਇਰੀ ਹੋ ਗਈ ਸੀ ਫਿਰ ਤਾਂ ਕਹਿਣ ਦਾ ਵੱਸ ਨਹੀਂ, ਪਰ ਫਿਰ ਵੀ ਜਿਵੇਂ ਉਹਦੇ ਫੇਸ ਦੇ ਉੱਤੇ ਕਈ ਜਗ੍ਹਾ ਦੇ ਉੱਤੇ ਨਿਸ਼ਾਨ ਨੇ, ਨਹੀਂ ਉਹ ਤਾਂ ਪੋਸਟਮਾਰਟਮ ਇਹਦਾ ਬੋਰਡ ਵੱਲੋਂ ਪੋਸਟਮਾਰਟਮ ਹੋਇਆ, 4 ਡਾਕਟਰਾਂ ਨੇ ਵਿਦ ਵੀਡੀਓਗ੍ਰਾਫੀ, ਉਹਦਾ ਇੱਕ ਤਿੰਨ ਕੋਈ ਕਿਤੇ ਛੋਟਾ ਜਿਹਾ ਵੀ ਸਪੋਟ ਵੀ ਹੋਊਗਾ ਨਾ, ਉਹ ਵੀ ਵਿੱਚ ਆਜੂਗਾ, ਉਹਦੀ ਰਿਪੋਰਟ ਆਊਗੀ। ਬਿਊਰੋ ਰਿਪੋਰਟ, ਲੁਧਿਆਣਾ।